ਜ਼ਿਲ੍ਹਾ ਲੁਧਿਆਣੇ ਦੀ ਬੁੱਕਲ 'ਚ ਵਸਿਆ ਪਿੰਡ ਹੈ ਦੁਗਰੀ, ਜੋ ਕਿ ਇੱਕ ਸ਼ਹਿਰ ਦਾ ਰੂਪ ਧਾਰਨ ਕਰ ਗਿਆ ਹੈ। ਪਿੰਡ ਦੁਗਰੀ ਦੋ ਵਾਰ ਚਰਚਾ ਦਾ ਵਿਸ਼ਾ ਬਣਿਆ। ਪਹਿਲਾਂ ਇਸ ਪਿੰਡ ਦੇ ਦੋ ਗਵੱਈਏ ਭਰਾ ਹੋਏ ਸ਼ੇਰੂ ਅਤੇ ਮੇਰੂ, ਜਿਹੜੇ ਦੋ ਤਾਰਾ ਅਤੇ ਅਲਗੋਜਿਆਂ ਨਾਲ ਗਾਉਂਦੇ ਸਨ। ਇਹਨਾਂ ਦੇ ਗਾਏ ਰਿਕਾਰਡ ਦੋ ਤਾਰਾ ਵੱਜਦਾ ਵੇ, ਰਾਂਝਣਾ ਨੂਰ ਮਹਿਲ ਦੀ ਮੋਰੀ, ਨਾਗਨ ਦੀ ਚੂੜੀ ਲਿਆ ਦੇ ਵੇ, ਨਾਗਨ ਦੀ ਚੂੜੀ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ, ਜਿਨ੍ਹਾਂ ਨੇ ਬੇਹੱਦ ਮਸ਼ਹੂਰੀ ਖੱਟੀ। ਅਤੇ ਇਹਨਾਂ ਤੋਂ ਬਾਅਦ ਫਿਰ ਚਰਚਾ ਛਿੜੀ, ਗੱਲ ਵਿਸ਼ਵ ਪੱਧਰ 'ਤੇ, ਜਦੋਂ ਚਮਕੀਲੇ ਦੇ ਗੀਤ ਰਿਕਾਰਡ ਹੋਏ। ਉਸਨੇ ਇਸ ਖੇਤਰ ਵਿੱਚ ਤਹਿਲਕਾ ਮਚਾਇਆ। ਦਲਿਤ ਪਰਿਵਾਰ 'ਚ ਸਰਦਾਰ ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਜਨਮੇ ਅਮਰ ਸਿੰਘ ਚਮਕੀਲੇ ਨੇ 1 ਜੁਲਾਈ 1960 ਨੂੰ ਅੱਖ ਖੋਲ੍ਹੀ, ਜਿਸਦਾ ਘਰਦਿਆਂ ਨੇ ਨਾਂ ਰੱਖਿਆ ਸੀ ਧਨੀ ਰਾਮ, ਜੋ ਕਿ ਮਾਤਾ ਕਰਤਾਰ ਕੌਰ ਦਾ ਜੇਠਾ ਪੁੱਤ ਸੀ। ਪਰਿਵਾਰ ਅੰਤਾਂ ਦੀ ਮੰਦਿਆਲੀ ਵਿੱਚ ਤਸਿਆ। ਦਿਹਾੜੀ ਦੱਪਾ ਕਰਨ ਵਾਲੇ ਇਸ ਪਰਿਵਾਰ ਨੂੰ ਰਤਾ ਵੀ ਸੂਹ ਨਹੀਂ ਸੀ ਕਿ ਇਹ ਇੱਕ ਦਿਨ ਆਪਣੇ ਪਰਿਵਾਰ ਅਤੇ ਦੁਗਰੀ ਨੂੰ ਵਿਸ਼ਵ ਪੱਧਰ ਦੀ ਪ੍ਰਸਿੱਧੀ ਦਿਵਾਏਗਾ। ਕਈਆਂ ਦੇ ਨਾਲ ਨਾਲ ਜ਼ਿੰਦਗੀ ਦੀਆਂ ਸੱਚਾਈਆਂ ਆਪ ਬੋਲਦੀਆਂ ਹਨ। ਬਿਲਕੁਲ ਇਸ ਤਰ੍ਹਾਂ ਚਮਕੀਲਾ ਨਾਲ ਵੀ ਹੋਇਆ, ਕਿਉਂਕਿ ਘਰਦਿਆਂ ਨੇ ਲਾੜ ਨਾਲ ਇਸਦਾ ਨਾਮ ਰੱਖਿਆ ਧਨੀ ਰਾਮ। ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਨਾਵੇਂ ਪੱਖੋਂ ਨਹੀਂ ਪਰ ਨਾਂ ਪੱਖੋਂ ਜ਼ਰੂਰ ਧਨੀ ਹੋਵੇਗਾ। 5 ਜਮਾਤਾਂ ਪੜ੍ਹ ਸਕੂਲ 'ਚ ਮਾਸਟਰਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਵਾਲੇ ਇਸ ਧਨੀ ਰਾਮ ਤੋਂ 6ਵੀਂ ਪਾਸ ਨਾ ਹੋਈ, ਕਿਉਂਕਿ ਸਿਆਣੇ ਅੱਖੇ ਚਿੱਤ ਪਿਆ ਕਰਾਲੀ, ਮੈਂ ਕਿੱਥੇ ਲਿਆ ਬਿਠਾਲੀ, ਚਮਕੀਲਾ ਸ਼ਬਦ ਜੋੜਾਂ ਦੀ ਖੇਡ ਖੇਡਣੀ ਚਾਹੁੰਦਾ। ਇਸ ਦੀ ਸੋਚ ਬਚਪਨ ਤੋਂ ਹੀ ਸੀ ਉੱਚੀਆਂ ਉਡਾਰੀਆਂ ਲਾਉਣ ਦੀ। ਹਾਣੀਆਂ ਨਾਲ ਰਲ ਕੇ ਨਗਰ ਸੁਧਾਰ ਸਮਾਜ ਸੇਵਾ ਸਭਾ ਬਣਾਈ ਅਤੇ ਬਾਅਦ ਵਿੱਚ ਪਿੰਡ ਦੀ ਧਰਮਸ਼ਾਲਾ ਅਤੇ ਰਵਿਦਾਸ ਮੰਦਿਰ ਵੀ ਉਸਾਰਿਆ। ਸਭ ਰਲ ਕੇ ਧਾਰਮਿਕ ਡਰਾਮੇ ਕਰਦੇ, ਜਿਨ੍ਹਾਂ 'ਚ ਚਮਕੀਲਾ ਮੁੱਖ ਰੋਲ ਨਿਭਾਉਂਦਾ। ਇੱਥੋਂ ਹੀ ਚਮਕੀਲੇ ਨੂੰ ਕਲਾ ਨਿਖਾਰਨ ਦਾ ਮੌਕਾ ਮਿਲਿਆ। ਦਲਜੀਤ ਧੁਰਕੋਟੀ ਦੇ ਨਾਨਕੇ ਸਨ ਦੁਗਰੀ, ਅਤੇ ਇਸੇ ਪਿੰਡ ਮਜਮੀਆਂ ਦੇ ਵਿਹੜੇ ਇਸਦੀ ਹੱਟੀ ਸੀ ਪਰਚੂਨ ਦੀ। ਚਮਕੀਲਾ ਦਲਜੀਤ ਧੁਰਕੋਟੀ ਕੋਲ ਵਾਜਾ ਸਿੱਖਣ ਜਾਂਦਾ। ਚਮਕੀਲੇ ਦੇ ਪਿਤਾ ਹਰੀ ਸਿੰਘ ਦੇ ਨੇ ਇਸਦੇ ਵਾਜਾ ਸਿੱਖਣ ਦਾ ਕਾਫੀ ਵਿਰੋਧ ਕੀਤਾ, ਪਰ ਚਮਕੀਲਾ ਵਾਜਾ ਸਿੱਖਣੋਂ ਨਾ ਹਟਿਆ। ਇਸ ਤਰ੍ਹਾਂ ਕਈ ਵਾਰ ਦਲਜੀਤ ਧੁਰਕੋਟੀ ਨੂੰ ਵੀ ਹਰੀ ਸਿੰਘ ਵੱਲੋਂ ਕੀਤੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਚਮਕੀਲੇ ਦਾ ਪਿਤਾ ਕਹਿੰਦਾ ਸੀ, ਤੂੰ ਸਾਡੇ ਮੁੰਡੇ ਨੂੰ ਪਟਿਆ ਏ, ਤੂੰ ਪਾਇਆ ਏ ਇਸ ਨੂੰ ਪੁੱਠੇਰਾ। ਚਮਕੀਲਾ ਸਿਰੜੀ ਹੋ ਵਾਜਾ ਸਿੱਖਦਾ ਰਿਹਾ। ਉਸਨੇ ਲਗਨ ਮਿਹਨਤ ਦਾ ਪੱਲਾ ਨਾ ਛੱਡਿਆ। ਨਾਲ ਨਾਲ ਕਬੀਲਦਾਰੀ ਦੀ ਗੱਡੀ ਨੂੰ ਰੋੜਨ ਲਈ ਮਕਾਨ ਉਸਾਰੀ, ਫੈਕਟਰੀਆਂ, ਜ਼ਿਮੀਂਦਾਰਾਂ ਦੇ ਦਿਹਾੜੀ ਦੱਪਾ ਵੀ ਕੀਤਾ ਅਤੇ ਚੁੰਨੀਆਂ ਵੀ ਰੰਗੀਆਂ। ਘਰ ਦੀਆਂ ਇਹਨਾਂ ਆਰਥਿਕ ਤੰਗੀਆਂ ਨੇ ਹੀ ਉਸਨੂੰ ਪੜ੍ਹਾਈ ਤੋਂ ਵਾਂਝਾ ਰੱਖਿਆ ਸੀ। ਭੈਣ ਸਵਰਨ ਕੌਰ, ਚਰਨ ਕੌਰ, ਭਰਾ ਅਵਤਾਰ ਸਿੰਘ ਅਤੇ ਲਸ਼ਕਰ ਸਿੰਘ ਦੇ ਵੱਡੇ ਵੀਰ ਚਮਕੀਲੇ ਨੇ ਆਪਣੀ ਕਿਸਮਤ ਨੂੰ ਆਪ ਬਣਾਇਆ। ਅੰਤਾਂ ਦੀ ਗਰੀਬੀ, ਕਬੀਲਦਾਰੀ ਦਾ ਬੋਝ ਇਸਦੇ ਮੋਢਿਆਂ 'ਤੇ ਬਚਪਨ ਤੋਂ ਹੀ ਆ ਟਿਕਿਆ ਸੀ, ਪਰ ਫਿਰ ਵੀ ਚਮਕੀਲੇ ਨੇ ਆਪਣੀ ਕਲਾ ਮੂੰਹ ਨੂੰ ਠੇਸ ਨਾ ਲੱਗਣ ਦਿੱਤੀ ਅਤੇ ਕੱਚ ਦੇ ਸਮਾਨ ਵਾਂਗ ਸਾਂਭ ਸਾਂਭ ਰੱਖਿਆ। ਭਾਵੇਂ ਜ਼ਿਮੀਂਦਾਰਾਂ ਦੀਆਂ ਖੁਰਲੀਆਂ ਸਾਫ ਕੀਤੀਆਂ, ਲੋਕਾਂ ਦੇ ਮਹਿਲ ਉਸਾਰਦਾ ਰਿਹਾ ਢਿੱਡ ਨੂੰ ਝੋਕਾ ਦੇਣ ਲਈ। ਨਿੱਕੀ ਉਮਰੇ ਮਾਂ ਖੋ ਲਈ ਰੱਬ ਨੇ, ਜਿਸ ਕਰਕੇ ਵਿਆਹ ਕਰਵਾਉਣਾ ਜ਼ਰੂਰੀ ਹੋ ਗਿਆ ਸੀ। ਚਮਕੀਲੇ ਦਾ ਵਿਆਹ ਪੱਖੋਵਾਲ ਦੇ ਨੇੜਲੇ ਪਿੰਡ ਨੰਗਲ ਖੁਰਦ ਲੁਧਿਆਣਾ ਵਿਖੇ ਬੀਬੀ ਗੁਰਮੇਲ ਕੌਰ ਨਾਲ ਹੋਇਆ। ਘੋਰ ਸੰਘਰਸ਼ ਦੇ ਦਿਨਾਂ 'ਚ ਚਮਕੀਲੇ ਦਾ ਮਿਲਣ 26 ਜਨਵਰੀ ਨੂੰ ਕੇਸਰ ਸਿੰਘ ਟਿੱਕੀ ਨਾਲ ਗਿੱਲ ਚੌਂਕ ਲੁਧਿਆਣਾ ਵਿੱਚ ਹੋਇਆ। ਉਦੋਂ ਕੇਸਰ ਸਿੰਘ ਟਿੱਕੀ ਸੁਰਿੰਦਰ ਸ਼ਿੰਦਾ ਅਤੇ ਸੁਰਿੰਦਰ ਸੋਨੀਆ ਦੀ ਜੋੜੀ ਨਾਲ ਢੋਲਕ ਮਾਸਟਰ ਸੀ ਅਤੇ ਅਮਰ ਸਿੰਘ ਚਮਕੀਲਾ ਗਾਇਕੀ ਦੇ ਖੇਤਰ ਵਿੱਚ ਉਡਾਰੀਆਂ ਲਾਉਣ ਲਈ
ਪਰ ਤੋਲ ਰਿਹਾ ਸੀ। ਚਮਕੀਲੇ ਨੇ ਕੇਸਰ ਸਿੰਘ ਟਿੱਕੀ ਨੂੰ ਦਿਲੀ ਇੱਛਾ ਦੱਸੀ ਤੇ ਕਿਹਾ, ਮੈਂ ਸੁਰਿੰਦਰ ਛਿੰਦਾ ਜੀ ਦਾ ਸ਼ਗਿਰਦ ਪੈਣਾ ਚਾਹੁੰਦਾ ਹਾਂ। ਟਿੱਕੀ ਨੇ ਸੁਰਿੰਦਰ ਛਿੰਦਾ ਨੂੰ ਬੇਨਤੀ ਕੀਤੀ। ਚਮਕੀਲੇ ਨੂੰ ਸੁਰਿੰਦਰ ਛਿੰਦੇ ਦਾ ਸ਼ਗਿਰਦ ਪਵਾ ਦਿੱਤਾ। ਉਹਨਾਂ ਦਿਨਾਂ 'ਚ ਛਿੰਦੇ ਕੋਲ ਦਫ਼ਤਰ ਨਹੀਂ ਸੀ। ਸੁਰਿੰਦਰ ਛਿੰਦਾ ਨੂੰ ਚਮਕੀਲੇ ਨੇ ਗੀਤਕਾਰ ਹਰਦੇਵ ਦਲਗੀਰ ਉਰਫ ਦੇਵ ਤਰੀਕਿਆਂ ਵਾਲੇ ਦੀ ਕਲਾ ਤੋਂ ਜਨਮਿਆ ਗੀਤ, ਇੱਕ ਮੁੱਠ ਹੋ ਜੋ ਛੜਿਓ ਇੱਦਾਂ ਹੋਣਾ ਨਹੀਂ ਗੁਜ਼ਾਰਾ, ਤੀਵੀਆਂ ਨੇ ਹੋ ਕੇ ਇਕੱਠੀਆਂ ਕਲ ਢਾਲਿਆ ਛੜਾ ਕਰਤਾਰਾ, ਸੋਹਣਾ ਕਿ ਮੋਹਿਤ ਕਰ ਲਿਆ ਸੀ, ਸੁਣਾ ਕੇ ਮੋਹਿਤ ਕਰ ਲਿਆ ਸੀ ਤਾਂ ਚਮਕੀਲੇ ਦੀ ਗਾਇਕੀ ਦਾ ਜਾਦੂ ਸੀ ਜੋ ਅੱਜ ਤੱਕ ਮੱਠਾ ਨਹੀਂ ਪਿਆ। ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਅੱਜ ਜ਼ਮਾਨੇ ਨੇ ਜਿੱਥੇ ਤਰੱਕੀ ਅੱਜ ਜ਼ਮਾਨੇ ਨੇ ਜਿੱਥੇ ਤਰੱਕੀ ਨਾਲ ਬੁਲੰਦੀਆਂ ਨੂੰ ਛੂਹਿਆ ਹੈ, ਉੱਥੇ ਚਮਕੀਲੇ ਦੇ ਗੀਤ ਰੀਮਿਕਸ ਹੋ ਇੰਟਰਨੈੱਟ ਮੋਬਾਈਲਾਂ ਗੱਡੀਆਂ ਟਰੱਕਾਂ ਅਤੇ ਹੋਰ ਆਵਾਜਾਈ ਦੇ ਸਾਧਨਾਂ 'ਚ ਵੱਜਦੇ ਸੁਣੇ ਜਾ ਸਕਦੇ ਹਨ। ਉਦੋਂ ਸੁਰਿੰਦਰ ਛਿੰਦਾ ਦਫ਼ਤਰ ਨਾ ਹੋਣ ਕਰਕੇ ਚਾਹ ਦੀ ਦੁਕਾਨ ਵਾਲੇ ਪ੍ਰਿੰਥੀ ਦੀ ਦੁਕਾਨ 'ਤੇ ਇਕੱਠੇ ਹੁੰਦੇ ਸਨ। ਚਮਕੀਲਾ ਆਏ ਗਿਆਂ ਦੇ ਪੈਰੀ ਹੱਥ ਲਾਉਂਦਾ ਅਤੇ ਚਾਹ ਪਾਣੀ ਪਿਆਉਂਦਾ ਸੀ। ਇਸ ਸੇਵਾ ਭਾਵਨਾ ਨੂੰ ਦੇਖਦਿਆਂ ਇੱਕ ਦਿਨ ਸੁਰਿੰਦਰ ਛਿੰਦੇ ਨੇ ਕਿਹਾ ਸੀ, ਧਨੀ ਰਾਮ ਤੈਨੂੰ ਆਹ ਕੀਤੀ ਸੇਵਾ ਦਾ ਮੇਵਾ ਜ਼ਰੂਰ ਮਿਲੇਗਾ। ਸਮਾਂ ਆਪਣੀ ਤੋਰ ਤੁਰਦਾ ਗਿਆ, ਹਾਲਾਤ ਬਦਲਦੇ ਗਏ। ਸੁਰਿੰਦਰ ਛਿੰਦੇ ਨੇ ਬੁੜੈਲ 45 ਸੈਕਟਰ ਚੰਡੀਗੜ੍ਹ ਰਾਮਲੀਲਾ ਦਾ ਪ੍ਰੋਗਰਾਮ 3500 ਰੁਪਏ 'ਚ ਬੁੱਕ ਕੀਤਾ। ਕਸ਼ਮੀਰੀ ਲਾਲ ਚਮਕੀਲੇ ਨੂੰ ਨਾਲ ਨਹੀਂ ਸੀ ਲੈ ਜਾਣਾ ਚਾਹੁੰਦਾ ਕਿਉਂਕਿ ਪ੍ਰੋਗਰਾਮ ਬਹੁਤ ਘੱਟ ਪੈਸਿਆਂ ਵਿੱਚ ਬੁੱਕ ਹੋਇਆ ਸੀ। ਕੇਸਰ ਸਿੰਘ ਟਿੱਕੀ ਆਪਣੇ ਕੋਲੋਂ ਕਿਰਾਇਆ ਖਰਚ ਕੇ ਚਮਕੀਲੇ ਨੂੰ ਨਾਲ ਲੈ ਗਿਆ ਸੀ। ਪਹਿਲੇ ਦਿਨ ਦੇ ਪ੍ਰੋਗਰਾਮ ਤੋਂ ਅਗਲੇ ਦਿਨ ਰਾਮਲੀਲਾ ਦਾ ਪ੍ਰਧਾਨ ਪਹਿਲੇ ਦਿਨ ਵਧੀਆ ਰਹੇ ਪ੍ਰੋਗਰਾਮ ਦੀ ਵਧਾਈ ਦੇਣ ਆਇਆ ਸੀ। ਜਿੱਥੇ ਇਹ ਸਾਰੇ ਠਹਿਰੇ ਹੋਏ ਸਨ, ਗੱਲਾਂ ਕਰਦਿਆਂ ਕਰਦਿਆਂ ਉਸਦੀ ਨਿਗਾਹ ਵਾਜੇ ਨਾਲ ਛੇੜਛਾੜ ਕਰਦੇ ਚਮਕੀਲੇ 'ਤੇ ਪਈ ਤਾਂ ਪ੍ਰਧਾਨ ਨੇ ਇਸ ਬੰਨੀ ਉਂਗਲ ਕਰਕੇ ਪੁੱਛਿਆ, ਇਹ ਮੁੰਡਾ ਕੌਣ ਹੈ? ਇਹ ਮੇਰਾ ਸ਼ਗਿਰਦ ਹੈ, ਸੁਰਿੰਦਰ ਛਿੰਦੇ ਨੇ ਦੱਸਿਆ। ਉਸਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਪ੍ਰਧਾਨ ਨੇ, ਫਿਰ ਇਸਨੂੰ ਵੀ ਟਾਈਮ ਦਿਆ ਕਰੋ। ਦੋ ਤਿੰਨ ਦਿਨਾਂ ਮਗਰੋਂ ਟਾਈਮ ਦਿੱਤਾ। ਪ੍ਰਸਿੱਧ ਗੀਤਕਾਰ ਸਨਮੁੱਖ ਆਜ਼ਾਦ ਨੇ ਧਨੀ ਰਾਮ ਨੂੰ ਅਮਰ ਸਿੰਘ ਚਮਕੀਲਾ ਦੇ ਨਾਮ ਨਾਲ ਸਟੇਜ 'ਤੇ ਪੇਸ਼ ਕੀਤਾ ਕਿ ਇਹ ਕਈ ਸਦੀਆਂ ਤੱਕ ਚਮਕਦਾ ਲਿਸ਼ਕਦਾ ਰਹੇਗਾ। ਧਨੀ ਰਾਮ ਨੇ ਲੋਕ ਗਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਗਾਇਆ ਗੀਤ ਇੱਕ ਜੋਗੀ ਟਿੱਲਿਓਂ ਆ ਗਿਆ ਨੀ ਭਾਬੀ ਸੁਣਾਇਆ। ਹਜ਼ਾਰਾਂ ਦੇ ਇਕੱਠ ਨੇ ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਬਣੇ ਨੂੰ ਹੌਸਲਾ ਦਿੱਤਾ। ਬਸ ਫਿਰ ਕੀ ਸੀ, ਉਸ ਤੋਂ ਬਾਅਦ ਗਾਇਕੀ ਦੀ ਗੱਡੀ ਨੇ ਅਜਿਹੀ ਰਫ਼ਤਾਰ ਫੜੀ, ਫਿਰ ਨਾ ਮੱਠੀ ਪਈ। ਚਮਕੀਲੇ ਨੇ ਸਭ ਤੋਂ ਪਹਿਲਾਂ ਗੀਤ ਜੋੜਿਆ, ਮੈਂ ਡਿੱਗੀ ਤਿਲਕ ਕੇ ਛੜੇ ਜੇਠ ਨੇ ਚੁੱਕੀ। ਚਮਕੀਲੇ ਨੇ ਇਸ ਗੀਤ ਨੂੰ ਗਾਉਣ ਲਈ ਕਰਤਾਰ ਰਮਲਾ ਅਤੇ ਸੁਖਵਿੰਦਰ ਸੁੱਖੀ ਨੂੰ ਤਿਆਰ ਕਰ ਲਿਆ। ਪਰ ਜਦੋਂ ਇਸ ਗੱਲ ਦਾ ਕੇਸਰ ਸਿੰਘ ਟਿੱਕੀ ਨੂੰ ਪਤਾ ਲੱਗਿਆ ਤਾਂ ਉਸਨੇ ਚਮਕੀਲੇ ਨੂੰ ਇਹ ਗੀਤ ਸੁਰਿੰਦਰ ਛਿੰਦਾ ਤੋਂ ਰਿਕਾਰਡ ਕਰਵਾਉਣ ਲਈ ਸਲਾਹ ਦਿੱਤੀ ਸੀ। ਜਦੋਂ ਇਹ ਗੀਤ ਸੁਰਿੰਦਰ ਛਿੰਦਾ ਅਤੇ ਬੀਬੀ ਸੁਰਿੰਦਰ ਸੋਨੀਆ ਦੀ ਆਵਾਜ਼ 'ਚ HMV ਨੇ ਰਿਕਾਰਡ ਕੀਤਾ ਤਾਂ ਇਹ ਪੰਜਾਬ 'ਚ ਹੀ ਨਹੀਂ ਵਿਸ਼ਵ ਪੱਧਰ 'ਤੇ ਗੂੰਜਿਆ। ਇਸ ਗੀਤ ਨਾਲ ਚਮਕੀਲਾ ਗੀਤਕਾਰਾਂ ਦੀ ਕਤਾਰ 'ਚ ਆਣ ਖਲੋ ਗਿਆ। ਇਸ ਤੋਂ ਬਾਅਦ ਫਿਰ ਸੁਰਿੰਦਰ ਛਿੰਦਾ ਨੇ ਚਮਕੀਲੇ ਦੇ ਲਿਖੇ ਗੀਤ ਦੁੱਧ ਵਾਂਗੂ ਤੂੰ ਫੱਟ ਗਈ, ਬਿਨਾਂ ਜਾਗ ਤੋਂ ਪਤਲੀਏ ਨਾਰੇ ਰਿਕਾਰਡ ਕਰਵਾਏ। ਇਸ ਤੋਂ ਬਾਅਦ ਗੀਤ ਦੇ ਗੀਤ ਦੇ ਗਿਆ ਨੀ ਡੁੱਬ ਜਾਣੀ ਦਾ ਜੇਠ ਗੁੱਗਲ ਦੀ ਧੂਣੀ, ਅਤੇ ਫਿਰ ਗਾਇਆ ਚੋਰੀ ਛਿਪ ਮਿਲ ਜਾਇਆ ਕਰ ਮਿੱਤਰਾ ਵੇ ਮੇਰੀ ਮਾਂ ਪਰਮਾ ਦੀ ਮਾਰੀ। ਚਮਕੀਲਾ ਅਤੇ ਕੇਸਰ ਸਿੰਘ ਟਿੱਕੀ ਇੱਕੋ ਕਮਰੇ 'ਚ ਰਹਿੰਦੇ ਹੋਣ ਕਰਕੇ ਚਮਕੀਲਾ ਜਦੋਂ ਵੀ ਕੋਈ ਗੀਤ ਲਿਖਦਾ ਤਾਂ ਟਿੱਕੀ ਨਾਲ ਸਲਾਹ ਕਰਦਾ ਅਤੇ ਸੁਣਾਉਂਦਾ ਅਤੇ ਸਲਾਹ ਕਰਦਾ ਕਿ ਕਿਸ ਨੂੰ ਦੇਣਾ ਹੈ। ਇਹਨਾਂ ਗੀਤਾਂ ਨੇ ਬੇਹੱਦ ਮਸ਼ਹੂਰੀ ਖੱਟੀ ਅਤੇ ਚਾਰੇ ਪਾਸੇ ਵੱਜੇ। ਸੁਰਿੰਦਰ ਛਿੰਦੇ ਦੀ ਗੱਲ ਕੈਨੇਡਾ ਦੇ ਪ੍ਰਮੋਟਰ ਨਾਲ ਹੋ ਗਈ।
सुरिंदर शिंदा सुरिंदर सोनिया की थान गुलशन कोमल नूं कनेडा लै गया। यह सुरिंदर शिंदे की कनेडा की पहली फेरी सी। सुरिंदर सोनिया का पति कश्मीरी लाल केसर सिंह ते चमकीले कोल आया। कश्मीरी लाल ने चमकीले ते केसर सिंह नूं दारू पिला के कहा, असी हुण की करिए, शिंदा तां कनेडा जा वड़िया। केसर सिंह टिक्की ने चमकीले वल हथ करदिआं कहा, भाई चमकीला तां है ना, अपने कोल लिखदा भी है ते गाउंदा भी है, तुसीं मन्नो इस नाल सैट बना के गाउणा शुरू कर दित्तो। कुछ दिन पिछों केसर सिंह टिक्की कोल फिर मुड़ आया। कश्मीरी लाल तो पुछण लग्या, ये अन दाड़िया जिहा चल पऊ मार्केट च? केसर सिंह ने समझाया, जदों इस दे लिखे गीत जिन्हां नूं सुरिंदर शिंदे ने गाया ਉਹ ਸੁਪਰ ਹਿੱਟ ਹੋਏ ਨੇ ਤਾਂ ਫਿਰ ਇਹ ਕਿਉਂ ਨਹੀਂ ਚੱਲੇਗਾ। ਚਮਕੀਲੇ ਨੇ ਸੁਰਿੰਦਰ ਸੋਨੀਆ ਨਾਲ ਸੈੱਟ ਬਣਾ ਲਿਆ ਅਤੇ ਉਹ ਸੋਨੀਆ ਦੇ ਘਰ ਤਿਆਰੀ ਕਰਦੇ। ਇੱਕ ਦਿਨ ਕੇਸਰ ਸਿੰਘ ਨੇ ਚਮਕੀਲੇ ਨੂੰ ਗੀਤ ਦੀ ਤਰਜ ਸੁਣਾਈ, ਜਿਹੜੀ ਇਹ ਕਾਮਰੇਡਾਂ ਦੀਆਂ ਸਟੇਜਾਂ 'ਤੇ ਗਾਉਂਦੇ ਸਨ। ਉਹ ਗੀਤ ਸੀ ਪਖੰਡੀ ਸਾਧਾ ਸੰਤਾਂ ਦਾ ਕਰਾਮਾਤ ਵਿੱਚ ਪੂਰੇ, ਗੁਰੂ ਜੀ ਸਾਡੇ ਕਰਾਮਾਤ ਵਿੱਚ ਪੂਰੇ। ਇਸ ਤਰਜ 'ਤੇ ਗੀਤ ਲਿਖਣ ਲਈ ਕਿਹਾ ਤਾਂ ਚਮਕੀਲੇ ਨੇ ਗੀਤ ਲਿਖਿਆ। ਸੰਤਾਂ ਨੇ ਪਾਈ ਫੇਰੀ, ਰਹੇ ਵਸਦੀ ਨਗਰੀ ਤੇਰੀ। ਉਦੋਂ ਚਮਕੀਲੇ ਨੇ ਚਾਰ ਗੀਤ ਲਿਖੇ, ਭਾਬੀਏ ਭੈਣ ਤੇਰੀ ਨਾਲ ਦਿਓਰ, ਤੇਰਾ ਕਦੋਂ ਖੇਡੂ ਕੰਗਣਾ ਨੀ, ਟਕੂਏ ਤੇ ਟਕੂਆ ਖੜਕੇ, ਬੁੱਢੜਾ ਨਾ ਜਾਣੀ ਪੱਟ ਦੋ ਚੁਗਾਠ ਨੀ। ਇਹਨਾਂ ਗੀਤਾਂ ਤੋਂ ਬਿਨਾਂ ਚਾਰ ਗੀਤ ਹੋਰ ਤਿਆਰ ਕੀਤੇ। ਉਹਨਾਂ ਦਿਨਾਂ 'ਚ ਸੁਰਿੰਦਰ ਸੋਨੀਆ ਅਤੇ ਚਮਕੀਲੇ ਨੂੰ 150 ਰੁਪਏ ਪ੍ਰਤੀ ਪ੍ਰੋਗਰਾਮ ਮਿਲਦੇ ਸਨ। ਇਹਨਾਂ ਨੇ ਕਈ ਪ੍ਰੋਗਰਾਮਾਂ ਦੇ ਪੈਸੇ ਇਕੱਠੇ ਕਰ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਇੱਕ ਗੇੜਾ HMV ਦਾ ਲਾ ਲਈਏ। ਇਹਨਾਂ ਨੇ 50 ਰੁਪਏ ਪ੍ਰਤੀ ਸਵਾਰੀ ਦੇ ਹਿਸਾਬ ਨਾਲ ਟੈਕਸੀ ਕਰ HMV ਦਿੱਲੀ ਜਾ ਪਹੁੰਚੇ। ਚਰਨਜੀਤ ਆਹੂਜਾ ਨੇ ਜ਼ਹਿਰੀ ਅਹਿਮਦ ਨੂੰ ਕਿਹਾ ਚਰਨਜੀਤ ਆਹੂਜਾ ਨੇ ਜ਼ਹਿਰ ਅਹਿਮਦ ਨੂੰ ਕਿਹਾ, ਇਹ ਦੋ ਕਲਾਕਾਰ ਪੰਜਾਬ ਤੋਂ ਆਏ ਹਨ, ਆਪਾਂ ਇਹਨਾਂ ਨੂੰ ਸੁਣ ਲਈਏ। ਅੱਗੋਂ ਜ਼ਹਿਰ ਅਹਿਮਦ ਬੋਲਿਆ, ਆਹੂਜਾ ਜੀ ਅਜੇ ਕਿਸੇ ਨਵੇਂ ਕਲਾਕਾਰ ਦੀ ਇੰਟਰਵਿਊ ਨਹੀਂ ਕਰਨੀ। ਚਰਨਜੀਤ ਆਹੂਜਾ ਝੱਟ ਦੇ ਨਹੀਂ ਬੋਲਿਆ, ਇਸ ਲੜਕੇ ਦੇ ਲਿਖੇ ਗੀਤ ਸੁਰਿੰਦਰ ਸ਼ਿੰਦਾ ਅਤੇ ਸੁਰਿੰਦਰ ਸੋਨੀਆ ਦੀ ਆਵਾਜ਼ ਵਿੱਚ ਹਿੱਟ ਹੋਏ ਹਨ। ਜਦੋਂ ਜ਼ਹਿਰ ਅਹਿਮਦ ਨੇ ਚਮਕੀਲੇ ਦੇ ਹਿੱਟ ਹੋਏ ਗੀਤਾਂ ਦੀ ਲਿਸਟ ਦੇਖੀ ਤਾਂ ਚਰਨਜੀਤ ਆਹੂਜਾ ਸਾਹਿਬ ਨੂੰ ਕਹਿਣ ਲੱਗਿਆ, ਆਹੂਜਾ ਸਾਹਿਬ, ਇਹਨਾਂ ਨੂੰ ਸੁਣਨਾ ਹੈ ਜਾਂ ਵਾਪਸ ਭੇਜਣਾ ਹੈ? ਨਾਲੇ ਕੋਈ ਸਾਜੀ ਵੀ ਨਹੀਂ ਅਜੇ ਆਪਣੇ ਕੋਲ। ਸਬੱਬੀ ਤਬਲਾ ਵਾਦਕ ਜੋਜਫ ਖਾਨ ਅਤੇ ਢੋਲਕੀ ਮਾਸਟਰ ਬਸੰਤੀ ਕਿਸੇ ਕਲਾਕਾਰ ਦੀ ਰਿਕਾਰਡਿੰਗ ਲਈ ਆਉਣ ਪਹੁੰਚੇ ਤਾਂ ਚਰਨਜੀਤ ਆਹੂਜਾ ਨੇ ਕਿਹਾ, ਜਲਦੀ ਕਰੋ, ਪਹਿਲਾਂ ਇਹਨਾਂ ਪੰਜਾਬ ਤੋਂ ਆਏ ਕਲਾਕਾਰਾਂ ਨੂੰ ਸੁਣ ਲਈਏ, ਕਿਉਂਕਿ ਮਗਰੋਂ ਦੂਜੇ ਕਲਾਕਾਰਾਂ ਦੀ ਰਿਕਾਰਡਿੰਗ ਹੈ। ਚਰਨਜੀਤ ਆਹੂਜਾ ਨੇ ਵਾਜਾ ਅਤੇ ਦੂਜੇ ਸਾਜੀਆਂ ਨੇ ਆਪੋ ਆਪਣੇ ਸਾਜ਼ਾਂ ਨੂੰ ਸਾਂਭਦਿਆਂ ਇਹਨਾਂ ਤੋਂ ਚਾਰੋ ਗੀਤ ਸੁਣੇ, ਜਿਨ੍ਹਾਂ ਦੀ ਚਮਕੀਲੇ ਨੇ ਅਤੇ ਸੋਨੀਆ ਨੇ ਤਿਆਰੀ ਕੀਤੀ ਹੋਈ ਸੀ। ਜ਼ਹਿਰ ਅਹਿਮਦ ਨੇ ਚਰਨਜੀਤ ਆਹੂਜਾ ਨੂੰ ਆਪਣੇ ਦਫ਼ਤਰ ਬੁਲਾ ਕੇ ਕਿਹਾ, ਇਹਨਾਂ ਨੂੰ ਆਪਾਂ ਰਿਕਾਰਡਿੰਗ ਦੀ ਤਰੀਕ ਦੇ ਦਈਏ। ਤਬਲਾ ਵਾਦਕ ਜੋਜ਼ਫ ਖਾਨ ਦੀ ਸਿਫਾਰਿਸ਼ ਕਰਨ 'ਤੇ ਇਹਨਾਂ ਨੂੰ 25 ਦਿਨਾਂ ਤੋਂ ਬਾਅਦ ਰਿਕਾਰਡਿੰਗ ਦੀ ਤਰੀਕ ਦੇ ਦਿੱਤੀ। 25 ਦਿਨਾਂ ਬਾਅਦ ਜਦੋਂ ਚਮਕੀਲਾ ਸੁਰਿੰਦਰ ਸੋਨੀਆ ਕੇਸਰ ਸਿੰਘ ਟਿੱਕੀ ਅਤੇ ਕਸ਼ਮੀਰੀ ਲਾਲ ਦਿੱਲੀ ਪਹੁੰਚੇ ਤਾਂ ਚਮਕੀਲੇ ਦਾ ਗਲਾ ਖਰਾਬ ਹੋ ਗਿਆ। ਜਦੋਂ ਇਸ ਗੱਲ ਦਾ ਪਤਾ ਚਰਨਜੀਤ ਆਹੂਜਾ ਨੂੰ ਲੱਗਿਆ ਤਾਂ ਚਰਨਜੀਤ ਬੋਲਿਆ, ਤੁਸੀਂ ਫਿਕਰ ਨਾ ਕਰੋ, ਸਭ ਠੀਕ ਹੋ ਜਾਵੇਗਾ। ਡਾਕਟਰ ਨੇ ਚਮਕੀਲੇ ਦੇ ਗਲੇ ਦਾ ਚੈੱਕਅਪ ਕੀਤਾ ਅਤੇ ਦਵਾਈ ਖਾਣ ਲਈ ਕਿਹਾ ਅਤੇ ਬਨ ਫਸ਼ਾ ਦੀ ਭਾਫ ਦਿੱਤੀ, ਜਿਸ ਨਾਲ ਗਲਾ ਲਗਭਗ 75% ਸਹੀ ਹੋ ਗਿਆ। ਗਲਾ ਬਿਲਕੁਲ ਠੀਕ ਹੋਣ ਤੋਂ ਪਹਿਲਾਂ 3 ਗੀਤ, ਟਕੂਏ ਅਤੇ ਟਕੂਆ ਖੜਕੇ, ਭਾਬੀਏ ਭੈਣ ਤੇਰੀ ਨਾਲ ਦਿਓਰ, ਤੇਰਾ ਕਦ ਖੇਡੂ ਕੰਗਣਾ ਨਹੀਂ, ਸੰਤਾਂ ਨੇ ਪਾਈ ਫੇਰੀ, ਉਦੋਂ ਇੱਕ ਗੀਤ ਰਹਿ ਗਿਆ ਸੀ, ਬੁੱਢੜਾ ਨਾ ਜਾਣੀ ਪੱਟ ਦੋ ਚੁਕਾਠਣੀ। ਜਦੋਂ ਇਹ ਗੀਤ HMV ਨੇ ਰਿਲੀਜ਼ ਕੀਤੇ ਤਾਂ ਪ੍ਰਸਿੱਧੀ ਦੇ ਹੱਦ ਬੰਨੇ ਟੱਪ ਗਏ। ਇਸ ਜੋੜੀ ਨੇ HMV ਤੋਂ ਚਿੱਠੀਆਂ ਆਉਣ ਲੱਗੀਆਂ ਕਿ ਘੱਟੋ ਘੱਟ 20 ਹੋਰ ਗੀਤ ਤਿਆਰ ਕਰੋ। ਚਮਕੀਲੇ ਅਤੇ ਸੋਨੀਆ ਕੋਲ ਪ੍ਰੋਗਰਾਮਾਂ ਦੀ ਲੰਬੀ ਝੜੀ ਲੱਗੀ ਸੀ। ਦੋਸਤੋ, ਇਸੇ ਤਰ੍ਹਾਂ ਤੁਹਾਨੂੰ ਸਮੇਂ ਸਮੇਂ 'ਤੇ ਅਸੀਂ ਪੰਜਾਬ ਅਤੇ ਪੰਜਾਬੀਅਤ, ਪੰਜਾਬ ਨਾਲ ਜੁੜੀਆਂ ਸ਼ਖਸੀਅਤਾਂ ਨਾਲ
जाणू करवांदे रहांगे। हुण लई दिओ इजाजत प्री डुगरी दे नाल साडा पंजाबी विरसा चैनल।